ਪੰਜਾਬ ਦੇ ਵਿੱਚ ਵੱਖ-ਵੱਖ ਵਰਗਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਹੁਣ ਲੋਕਾਂ ਨੂੰ ਡਾਂਗਾ ਨਾਲ ਕੁੱਟਦੀ ਦਿਖਾਈ ਦੇ ਰਹੀ ਹੈ। ਇੱਕ ਅਜਿਹਾ ਹੀ ਵਾਕਿਆ ਸਾਹਮਣੇ ਆਇਆ ਸੰਗਰੂਰ ਤੋਂ, ਜਿੱਥੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਘੇਰਨ ਜਾ ਰਹੇ ਬੇਰੁਜ਼ਗਾਰ ਬੀਐਡ ਅਤੇ ਟੈਟ ਪਾਸ ਅਧਿਆਪਕਾਂ ਤੇ ਕੈਪਟਨ ਸਰਕਾਰ ਦੀ ਡਾਂਗ ਵਰੀ ਹੈ। ਇੱਥੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਅਤੇ ਪਾਣੀ ਦੀਆਂ ਬਛਾੜਾਂ ਵੀ ਕੀਤੀਆਂ ਗਈਆਂ, ਜਿਸ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਨੇ। ਇਸ ਤੋਂ ਬਾਅਦ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਉਹਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਕੀ ਕਹਿਣਾ ਇੱਥੇ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦਾ ਕੈਪਟਨ ਸਰਕਾਰ ਬਾਰੇ, ਤੁਸੀਂ ਖੁਦ ਹੀ ਦੇਖ ਲਓ। ਅਸੀਂ ਆਪਣੇ ਹੱਕ ਲੈਣ ਦੇ ਲਈ ਜਿਹੜੇ ਸਾਨੂੰ ਪਹਿਲਾਂ ਤੋਂ ਲਾਰੇ ਲਾਰੇ ਆ ਰਹੇ ਨੇਗੇ, ਉਸ ਦੇ ਲਈ ਆਏ ਸੀ। ਅਸੀਂ ਕਈ ਵਾਰੀ ਇੱਥੇ ਮਾਰਚ ਕੀਤਾ ਪਰ ਸਾਡੀ ਕਦੇ ਵੀ ਸੁਣਵਾਈ ਨਹੀਂ ਹੋਈ, ਅਤੇ ਇਸ ਤਹਿਤ ਸਾਡੇ ਅਸੀਂ ਦੁਬਾਰੇ ਹੁਣ ਸਾਰੇ ਜਥੇਬੰਦੀਆਂ ਨਾਲ ਲੈ ਕੇ ਪਹੁੰਚੇ ਤਾਂ ਸਾਡੇ 'ਤੇ ਲਾਠੀਚਾਰਜ ਦੁਬਾਰਾ ਫਿਰ ਕੀਤਾ ਗਿਆ। ਲਾਸਟ ਟਾਈਮ ਵੀ ਕੀਤਾ ਗਿਆ ਲਾਠੀਚਾਰਜ ਦੇ ਦੌਰਾਨ, ਮੇਰੇ ਹਸਬੈਂਡ ਦੇ ਸਿਰ 'ਚ ਡਾਂਗ ਮਾਰੀ, ਅਤੇ ਜਦੋਂ ਮੈਂ ਉਹਨਾਂ ਦੇ ਕੋਲ ਹੋਣ ਲੱਗੀ ਤਾਂ ਮੇਰੇ ਬੈਗ 'ਤੇ ਇੱਕ ਮਤਲਬ ਕਿ ਅਧਿਕਾਰੀ ਨੇ, ਜੋ ਕਿ ਇੱਕ ਜੈਂਟਸ ਸੀਗਾ, ਉਸਨੇ ਇੱਕ ਲੱਤਾਂ 'ਤੇ ਅਤੇ ਪਿੱਛੇ ਬੈਗ 'ਤੇ ਡਾਂਗ ਮਾਰੀ, ਜਿਸ ਕਰਕੇ ਮੇਰਾ ਇੱਕ ਬਾਂਹ ਬਿਲਕੁਲ ਵੀ ਨਹੀਂ ਹਿੱਲ ਰਹੀ, ਨਹੀਂ ਹੈਗੀ ਸੀ। ਹੁਣ ਵੀ ਤੁਸੀਂ ਦੇਖੋ ਕਿੰਨਾ ਟਾਈਮ ਹੋ ਗਿਆ ਸਾਡਾ ਸੰਘਰਸ਼ ਚੱਲਦਿਆਂ ਨੂੰ, ਜਦਕਿ ਹੁਣ ਕਿੰਨੇ ਟਾਈਮ ਬਾਅਦ ਐਂਬੂਲੈਂਸ ਪਹੁੰਚੀ ਹੈ ਅਤੇ ਕਿੰਨਾ ਖੂਨ ਵਹਿਣ ਦੇ ਬਾਵਜੂਦ ਉੱਥੇ ਗਏ। ਤੁਸੀਂ ਹੁਣ ਵੀ ਉੱਥੇ ਰੁਮਾਲਾਂ 'ਤੇ ਚੁੰਨੀਆਂ ਖੂਨ ਨਾਲ ਲੱਤ ਪੱਤੀਆਂ ਹੋਈਆਂ ਵੇਖ ਸਕਦੇ ਹੋ। ਇੱਥੋਂ ਦੇ ਢੀਠ ਸਿੱਖਿਆ ਮੰਤਰੀ ਜੋ 17 ਤਰੀਕ ਨੂੰ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਵਾਪਰਿਆ, ਇੱਥੇ 17 ਦਿਨਾਂ ਤੋਂ ਲੈ ਕੇ ਇੱਕ ਹਫ਼ਤੇ ਦੇ ਵਿੱਚ ਇੱਥੋਂ ਦੀ ਸਰਕਾਰ ਨੇ ਸਾਡੀਆਂ ਮੰਗਾਂ ਸੰਬੰਧੀ ਕੋਈ ਸਹਿਰਦਤਾ ਨਹੀਂ ਵਿਖਾਈ। ਅੱਜ ਦੁਬਾਰਾ ਅਸੀਂ ਆਪਣੀ ਸਵੇਰ ਤੋਂ ਲੱਗੇ ਹੋਏ ਹਾਂ ਕਿ ਸਾਡੀਆਂ ਮੰਗਾਂ 'ਤੇ ਸਰਕਾਰ ਵਿਚਾਰ ਕਰੇ। ਮੰਤਰੀ ਸਾਹਿਬ ਵੀ ਸ਼ਾਇਦ ਲੋਕਲ 'ਚ ਫਿਰਦੇ ਸੀ, ਜਦੋਂ ਅਸੀਂ ਇੱਥੇ ਪਹੁੰਚਿਆ ਤਾਂ ਸਾਨੂੰ ਮੰਤਰੀ ਸਾਹਿਬ ਦੀ ਕੋਠੀ ਤੋਂ ਜਾਣ ਤੋਂ ਰੋਕਿਆ ਗਿਆ, ਭਿਆਨਕ ਲਾਠੀ ਚਾਰਜ ਕੀਤਾ ਗਿਆ, 4-5 ਭੈਣਾਂ ਸਾਡੀਆਂ ਹਸਪਤਾਲ ਦੇ ਵਿੱਚ ਦਾਖਲ ਆ, ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ, ਬੇਰੁਜ਼ਗਾਰ ਸਾਥੀ ਜ਼ਖਮੀ ਨੇ, ਖੂਨਾਂ ਦੀਆਂ ਘਰਾਲਾਂ ਵਗਦੀਆਂ ਤੁਸੀਂ ਵੇਖਿਆ ਨੇ, ਸਾਰੇ ਲੱਤਪੱਤ ਹੋਏ ਹੋਏ ਨੇ, ਪਰੰਤੂ ਅਜੇ ਤੱਕ ਵੀ ਇੱਥੋਂ ਦੀ ਸਰਕਾਰ ਸਾਡੇ ਬੇਰੁਜ਼ਗਾਰ ETT ਵਾਲਿਆਂ ਦੇ, ਬੇਰੁਜ਼ਗਾਰ ਬੀਐਡ ਵਾਲਿਆਂ ਦੀਆਂ ਮੰਗਾਂ ਸੰਬੰਧੀ ਵਿਚਾਰਨ ਵਾਸਤੇ ਪੂਰੀ ਤਰ੍ਹਾਂ ਭੱਜ ਰਹੀ ਹੈ। ਸਾਡੀ ਕੋਈ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਤੇ ਅਸੀਂ ਆਪਦਾ ਧਰਨਾ ਇੱਥੇ ਤਰ੍ਹਾਂ ਲਾ ਕੇ ਰੱਖਿਆ, ਜਦੋਂ ਤੱਕ ਸਾਡੀਆਂ ਮੰਗਾਂ ਵਾਸਤੇ ਸਰਕਾਰ ਐਲਾਨ ਨਹੀਂ ਕਰਦੀ ਇੱਥੇ ਡਟੇ ਰਹਾਂਗੇ। ਇਹ ਇੱਥੋਂ ਦਾ ਸਰਕਾਰ ਦਾ ਜਿਹੜਾ ਪਿਛਲੇ ਸਮੇਂ ਤੋਂ ਅਸੀਂ ਚਿਹਰਾ ਵੇਖਦੇ ਆ ਰਹੇ ਹਾਂ ਕਿ ਇਹ ਲੋਕਾਂ ਦਾ ਖੂਨ ਪੀਣ ਵਾਲੀਆਂ ਜੋਕਾਂ ਨੇ, ਲੋਕਾਂ ਦਾ ਖੂਨ ਪੀਂਦੀਆਂ ਨੇ, ਅੱਜ ਵੀ ਇਹਨਾਂ ਸਾਹਮਣੇ ਖੂਨ ਵਗਦਾ ਰਿਹਾ ਸਾਡੇ ਸਾਥੀਆਂ ਦਾ, ਸਾਡੀਆਂ ਭੈਣਾਂ ਦਾ, ਸਾਡੇ ਵੀਰਾਂ ਦਾ। ਤਾਂ ਐਂਬੂਲੈਂਸ ਦਾ ਇੱਕ ਰਸਮੀ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਵੀ ਐਂਬੂਲੈਂਸ ਵਿੱਚ ਲਿਜਾ ਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਨ ਵਿੱਚ ਤਕਰੀਬਨ ਅੱਧਾ ਪੌਣਾ ਘੰਟਾ ਦੇਰੀ ਕੀਤੀ ਗਈ ਹੈ, ਜਿਹਦੇ ਉੱਤੇ ਸਪਸ਼ਟ ਹੁੰਦਾ ਹੈ ਕਿ ਪੂਰੀ ਤਰ੍ਹਾਂ ਲੋਕਾਂ ਦਾ ਖੂਨ ਪੀਣ ਵਾਲੀਆਂ ਜੋਕਾਂ ਨੇ। ਇਹਨਾਂ ਤੋਂ ਸਾਨੂੰ ਚੁਕੰਨੇ ਹੋਣ ਦੀ ਲੋੜ ਹੈ, ਜਾਗਰੂਕ ਹੋਣ ਦੀ ਲੋੜ ਹੈ ਜੀ।